ਆਮ ਆਦਮੀ ਪਾਰਟੀ ਦੇ ਹਲਕਾ ਅਟਾਰੀ ਤੋਂ ਉਮੀਦਵਾਰ ਜਸਵਿੰਦਰ ਸਿੰਘ ਜਹਾਂਗੀਰ ਅੱਜ ਕੱਲ੍ਹ ਆਪਣੇ ਹਲਕੇ ਵਿੱਚ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕਰ ਰਹੇ ਹਨ। ਉਹਨਾਂ ਵੱਲੋਂ ਪਿੰਡ ਪਿੰਡ ਜਾ ਕੇ ਪਬਲਿਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਨਤਾ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹਲਕਾ ਅਟਾਰੀ ਵਿੱਚ ਜਨਤਾ ਵੱਲੋਂ ਵੀ ਜਸਵਿੰਦਰ ਸਿੰਘ ਜਹਾਂਗੀਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਹਾਂਗੀਰ ਦਾ ਕਹਿਣਾ ਹੈ ਕਿ ਉਹਨਾਂ ਦਾ ਹਲਕਾ ਸਰਹੱਦੀ ਹੋਣ ਕਰਕੇ ਇੱਥੇ ਕਾਰੋਬਾਰ ਨਾ ਹੋਣ ਕਰਕੇ ਬੇਰੁਜ਼ਗਾਰੀ ਦੀ ਮਾਰ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਅਗਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਪਹਿਲ ਦੇ ਆਧਾਰ ਤੇ ਆਪਣੇ ਹਲਕੇ ਵਿੱਚੋਂ ਬੇਰੁਜ਼ਗਾਰੀ ਨੂੰ ਖਤਮ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੇ ਹਲਕੇ ਵਿੱਚ ਸੱਤਾਧਾਰੀ ਪਾਰਟੀ ਵੱਲੋਂ ਕਈ ਨਜਾਇਜ਼ ਪਰਚੇ ਕਰਵਾਏ ਗਏ ਹਨ ਜਿਨ੍ਹਾਂ ਨੂੰ ਸਰਕਾਰ ਬਣ ਤੇ ਜਾਂਚ ਤੋਂ ਬਾਅਦ ਰੱਦ ਕੀਤਾ ਜਾਵੇਗਾ। ਪਿੰਡ ਮਾਵਾ, ਲੱਦੇਵਾਲ, ਰਾਜਾਤਾਲ ਤੇ ਟਿੱਬੀ ਪਿੰਡ ਦੇ ਵਿੱਚ ਮੀਟਿੰਗ ਕਰਕੇ ਫਿਰ ਡੋਰ ਟੂ ਡੋਰ ਕੀਤਾ ਗਿਆ ਪ੍ਰੋਗਰਾਮ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਵਿਚਾਰਧਾਰਾ ਨਾਲ ਜੋੜਿਆ ਗਿਆ ਅਤੇ ਪਿਛਲੀਆਂ ਸਰਕਾਰਾਂ ਨੇ ਜੋ ਉਹਨਾਂ ਦੇ ਨਾਲ ਵਧੀਕੀਆਂ ਕੀਤੀਆਂ ਉਹਨਾਂ ਦਾ ਸਿਰਫ ਇੱਕੋ ਇੱਕ ਹੱਲ ਜਿਹੜਾ ਉਹਨਾਂ ਦਾ ਆਪਾਂ ਜਵਾਬ ਦੇ ਸਕਦੇ ਹਾਂ ਵੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਅਤੇ ਆਮ ਲੋਕਾਂ ਦਾ ਜਿਹੜਾ ਜੀਵਨ ਆ, ਆਮ ਲੋਕਾਂ ਲਈ ਸਰਕਾਰ ਬਣੇ ਅਤੇ ਆਮ ਲੋਕਾਂ ਦਾ ਜੀਵਨ ਜਿਹੜਾ ਖੁਸ਼ਹਾਲ ਹੋ ਸਕੇ। ਉਹ ਪਹਿਲ ਦੇ ਆਧਾਰ 'ਤੇ ਆਮ ਆਦਮੀ ਪਾਰਟੀ ਜਿਹੜੀ ਉਹਨਾਂ ਦੇ ਮਸਲੇ ਹੱਲ ਕਰੂਗੀ। ਜੋ ਜੋ ਉਹਨਾਂ ਦੇ ਇਲਾਕਿਆਂ ਨੂੰ ਲੋੜ ਆ, ਜਿਸ ਤਰ੍ਹਾਂ ਬਾਰਡਰ ਦੇ ਇਲਾਕੇ ਦੇ ਵਿੱਚ ਰੁਜ਼ਗਾਰ ਦੀ ਬਹੁਤ ਵੱਡੀ ਘਾਟ ਆ, ਉੱਥੇ ਕੋਈ ਉਹਨਾਂ ਦੇ ਕੰਮ ਕਰਨ ਦਾ ਸਾਧਨ ਨਹੀਂ, ਉੱਥੋਂ ਉਹ ਸ਼ਹਿਰ ਆ ਕੇ ਕੰਮ ਨਹੀਂ ਕਰ ਸਕਦੇ। ਸੋ ਉੱਥੇ ਜਿਸ ਤਰ੍ਹਾਂ ਇੰਡਸਟਰੀ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਆਪਣਾ ਪ੍ਰੋਗਰਾਮ ਸਰਕਾਰ ਲਿਖੂਗੀ, ਇਸ ਤਰ੍ਹਾਂ ਦੀ ਪਾਲਿਸੀ ਬਣਾਊਗੀ ਕਿ ਉਹਨਾਂ ਲੋਕਾਂ ਨੂੰ ਰੁਜ਼ਗਾਰ ਮਿਲੇ ਅਤੇ ਉਹਨਾਂ ਦਾ ਜੀਵਨ ਪੱਧਰ ਜਿਹੜਾ ਉੱਚਾ ਹੋ ਸਕੇ। ਜਿੰਨੇ ਵੀ ਝੂਠੇ ਪਰਚੇ ਇਹਨਾਂ ਨੇ ਕਰਾਏ ਨੇ ਸਰਕਾਰ ਨੇ, ਸੋ ਆਮ ਆਦਮੀ ਪਾਰਟੀ ਜੇ ਸੱਤਾ 'ਚ ਆ ਕੇ ਉਹਨਾਂ ਸਾਰੇ ਪਰਚਿਆਂ ਦੀ ਲਕੀਰ ਫੇਰੂਗੀ ਅਤੇ ਬਿਲਕੁਲ ਜਿਹੜੇ ਮਤਲਬ ਉਹਨਾਂ ਨੇ ਗਲਤ ਕੰਮ ਕਰ ਢੰਗ ਨਾਲ ਲੋਕਾਂ ਦੇ ਪਰਚੇ ਕਰਾਏ ਆ ਉਹਨਾਂ ਪਰਚਿਆਂ ਨੂੰ ਰੱਦ ਕੀਤਾ ਜਾਊਗਾ। ਅਟਾਰੀ ਤੋਂ ਸੋਨੂ ਸੋਢੀ, ਖਬਰ ਹਰਪਲ ਇੰਡੀਆ ਲਈ।